ਕੋਰੋਨਾ ਵਾਇਰਸ ਦੀ ਫੈਲ ਰਹੀ ਮਹਾਮਾਰੀ ਕਾਰਨ ਪੰਜਾਬ ਸਰਕਾਰ ਵੱਲੋਂ 14 ਅਪ੍ਰੈਲ ਤੱਕ ਸੂਬੇ ਭਰ 'ਚ ਸਖਤ ਕਰਫਿਊ ਦਾ ਐਲਾਨ ਕੀਤਾ ਹੋਇਆ ਹੈ, ਜਿਸ ਦੇ ਚੱਲਦਿਆਂ ਕਿਸੇ ਬਾਹਰੀ ਸੂਬੇ ਦਾ ਵਿਅਕਤੀ ਵੀ ਪੰਜਾਬ 'ਚ ਦਾਖਲ ਨਹੀਂ ਹੋ ਸਕਦਾ। ਇਸੇ ਤਹਿਤ ਹੀ ਅੱਜ ਮੁਕੇਰੀਆਂ ਵਿਖੇ DSP ਰਵਿੰਦਰ ਕੁਮਾਰ ਵੱਲੋਂ ਨੌਸ਼ਹਿਰਾ ਪੱਤਣ ਪੁਲ 'ਤੇ ਨਾਕਾਬੰਦੀ ਕਰਕੇ ਵਿਸ਼ੇਸ਼ ਤੌਰ 'ਤੇ ਆਉਣ ਜਾਣ ਵਾਲਿਆਂ ਦੀ ਚੈਕਿੰਗ ਕੀਤੀ ਗਈ। ਗੱਲਬਾਤ ਦੌਰਾਨ DSP ਰਵਿੰਦਰ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ 'ਚ ਕੋਈ ਵੀ ਵਿਅਕਤੀ ਬਿਨਾਂ ਕਿਸੇ ਆਗਿਆ ਤੋਂ ਨਹੀਂ ਘੁੰਮ ਸਕਦਾ। ਉਹਨਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਕਰਫਿਊ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਤਾਂ ਉਸ ਵਿਰੁੱਧ ਸਖਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਜਿਹੜਾ ਅੱਜ ਇਸ ਟਾਈਮ ਜੀ ਅਸੀਂ ਨੌਸ਼ਹਿਰਾ ਪੁਲ 'ਤੇ ਖੜ੍ਹੇ ਹਾਂ, ਜਿਹੜੀ ਕਿ ਗੁਰਦਾਸਪੁਰ ਦੀ ਹੱਦ ਲੱਗਦੀ ਹੈ, ਔਰ ਉਹਨਾਂ ਨੂੰ ਕਲੀਅਰ ਕੱਟ ਕਹਿਤਾ ਕਿ ਵਿਦਾਊਟ ਪਾਸ ਕੋਈ ਵੀ ਇੱਥੋਂ ਪਾਸ ਨਹੀਂ ਹੋਏਗਾ। ਐਮਰਜੈਂਸੀ ਕੋਈ ਵੀ ਹੈ, ਜਿਹੜੀ ਖਾਣ ਦੀ ਚੀਜ਼ ਹੈ, ਕੋਈ ਫੀਡ ਹੈ, ਉਹਨਾਂ ਨੂੰ ਅਲਾਓ ਕੀਤਾ ਜਾਏਗਾ। ਬਾਕੀ ਇੱਥੇ ਕੋਈ ਵੀ ਵਿਦਾਊਟ ਪਾਸ ਬਿਲਕੁਲ ਨਹੀਂ ਇੱਥੋਂ ਐਂਟਰ ਕਰੇਗਾ। ਜੇਕਰ ਕੋਈ ਮੈਡੀਕਲ ਔਰ ਕ੍ਰਿਟੀਕਲ ਕੰਡੀਸ਼ਨ, ਇਹਨਾਂ ਨੂੰ ਬਰੀਫ ਕਰ ਦਿੱਤਾ, ਜੇਕਰ ਇੱਥੇ ਕ੍ਰਿਟੀਕਲ ਕੰਡੀਸ਼ਨ ਅਤੇ ਨਾਲ ਨਾਲ ਗੁਰਦਾਸਪੁਰ ਦੀ ਬਾਉਂਡਰੀ ਨਾਲ ਜਿਹੜੇ ਪਿੰਡ ਲੱਗਦੇ ਆ, ਇਹਨਾਂ ਨੂੰ ਹੋਸਪਿਟਲ ਜਿਹੜੀ ਹੈ ਫੈਸਿਲਿਟੀਜ਼ ਹੈ ਮਕੇਰੀਆਂ ਲੱਗਦੀ ਹੈ, ਉਹ ਚੈੱਕ ਕਰਕੇ ਜੇ ਕੋਈ ਜ਼ਿਆਦਾ ਸੀਰੀਅਸ ਉਹਨੂੰ ਅਲੋਅ ਕਰ ਦਿੱਤਾ ਜਾਂਦਾ।